ਸਸਿਕਾਲ ਜੀ, ਕੁਲਵਿੰਦਰ ਸਿੰਘ ਹੋਮ ਗਲੋਬਲ ਤੋਂ। ਬਹੁਤ ਜ਼ਿਆਦਾ ਇੱਦਾਂ ਦੇ ਐਪਲੀਕੈਂਟ ਹੈ ਜਿਨ੍ਹਾਂ ਦਾ ਕੈਨੇਡਾ ਜਾਂ USA ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈਗਾ। ਉਹ ਸੋਚਦੇ ਆ ਵੀ ਜੇਕਰ ਇੱਕ ਵਾਰ ਸਾਡੀ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋ ਗਈ ਹੈ ਤਾਂ ਸਾਨੂੰ ਦੁਬਾਰਾ ਕੈਨੇਡਾ ਜਾਂ USA ਦਾ ਵੀਜ਼ਾ ਨਹੀਂ ਮਿਲ ਸਕਦਾ। ਪਰ ਇਹ ਮਿਥ ਹੈ, ਕੈਨੇਡਾ ਜਾਂ USA ਦਾ ਵੀਜ਼ਾ ਡੈਫੀਨੇਟਲੀ ਦੁਬਾਰਾ ਅਪਲਾਈ ਕਰਕੇ ਲਿਆ ਜਾ ਸਕਦਾ। ਬਟ ਤੁਹਾਡੇ ਕੋਲ ਕੋਈ ਪਲੈਨਿੰਗ ਹੋਣੀ ਚਾਹੀਦੀ ਹੈਗੀ ਹੈ ਵੀ ਜੇ ਤੁਸੀਂ USA ਦਾ ਵੀਜ਼ਾ ਤੁਹਾਡਾ ਰਿਫਿਊਜ਼ ਹੋਇਆ ਤਾਂ ਦੁਬਾਰਾ ਇੰਟਰਵਿਊ 'ਤੇ ਤੁਸੀਂ ਜਾਣਾ, ਤਾਂ ਤੁਹਾਡੇ ਕੋਲ ਕੀ ਇਹੋ ਜਿਹੇ ਵੈਲਿਡ ਪੁਆਇੰਟ ਹੈਗੇ ਹੈ ਜਿਹਦੇ ਨਾਲ ਤੁਸੀਂ ਵੀਜ਼ਾ ਅਫਸਰ ਨੂੰ ਕਨਵਿੰਸ ਕਰ ਸਕਦੇ ਹੋ। ਸਿਮਿਲਰਲੀ ਜੇ ਕੈਨੇਡਾ ਦੀ ਗੱਲ ਕਰੀਏ, ਡਾਕੂਮੈਂਟ ਬੇਸਡ ਵੀਜ਼ਾ ਹੁੰਦਾ ਹੈਗਾ, ਤੁਸੀਂ ਆਪਣੀ ਪ੍ਰੋਫਾਈਲ ਦੇ ਬੇਸ 'ਤੇ ਵੀਜ਼ਾ ਲੈਣਾ ਹੁੰਦਾ ਤਾਂ ਡੈਫੀਨੇਟਲੀ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਕੀ ਪੋਜ਼ਿਟਿਵ ਚੇਂਜ ਆਇਆ ਹੈਗਾ ਜਿਹਦੇ ਨਾਲ ਤੁਸੀਂ ਵੀਜ਼ਾ ਅਫਸਰ ਨੂੰ ਕਨਵਿੰਸ ਕਰ ਸਕਦੇ ਹੋ। ਇੱਦਾਂ ਦਾ ਕੁਛ ਨਹੀਂ ਹੈ ਵੀ ਜੇਕਰ ਤੁਹਾਡਾ ਇੱਕ ਵਾਰ ਕੈਨੇਡਾ ਜਾਂ USA ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਦੁਬਾਰਾ ਵੀਜ਼ਾ ਨਹੀਂ ਲਿਆ ਜਾ ਸਕਦਾ। ਹੋਮ ਗਲੋਬਲ ਦੇ ਵਿੱਚ ਅਸੀਂ ਡੇਲੀ ਬੇਸਿਸ 'ਤੇ ਇੱਦਾਂ ਦੀਆਂ ਐਪਲੀਕੇਸ਼ਨ ਦੇ ਨਾਲ ਡੀਲ ਕਰਦੇ ਹਾਂ ਜਿਹਨਾਂ ਦੀ ਇੱਕ ਵਾਰ ਐਪਲੀਕੇਸ਼ਨ ਰਿਫਿਊਜ਼ ਹੋ ਜਾਂਦੀ ਹੈ ਤਾਂ ਅਸੀਂ ਦੁਬਾਰਾ ਐਪਲੀਕੇਸ਼ਨ ਕਰਕੇ ਵੀਜ਼ਾ ਲੈਂਦੇ ਹੈਗੇ ਹਾਂ। USA ਦੇ ਵਿੱਚ ਵੀ ਅਸੀਂ ਬਹੁਤ ਐਪਲੀਕੇਸ਼ਨ ਦੇ ਇੱਦਾਂ ਦੇ ਵੀਜ਼ਾਸ ਲਏ ਆ, ਐਜ਼ ਵੈਲ ਐਜ਼ ਕੈਨੇਡਾ ਦੇ ਵਿੱਚ ਵੀ ਸਾਡਾ ਸਕਸੈਸ ਰੇਟ ਬਹੁਤ ਵਧੀਆ। ਜੇਕਰ ਤੁਹਾਡੀ ਵੀ ਵੀਜ਼ਾ ਐਪਲੀਕੇਸ਼ਨ ਰਿਫਿਊਜ਼ ਹੋਈ ਹੈ ਅਤੇ ਦੁਬਾਰਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇੱਕ ਵਾਰ ਹੋਮ ਗਲੋਬਲ ਦੀ ਟੀਮ ਨੂੰ ਸੰਪਰਕ। ਸਤਿ ਸ਼੍ਰੀ ਅਕਾਲ।